हिमाचल ਦੇ ਵਿੱਚ ਹੜ੍ਹ ਨੇ ਮਚਾਈ ਹੋਈ ਹੈ ਭਾਰੀ ਤਬਾਹੀ ਪ੍ਰਸ਼ਾਸਨ ਨੇ ਕੀਤਾ ਸਟੇਟ ਦੇ ਵਿੱਚ ਰੈਡ ਅਲਰਟ ਪੰਜਾਬ ਨੇ ਕੀਤਾ 옐ੋ ਅਲਰਟ ਡੈਮਾਂ ਦੇ ਪਾਣੀ ਛੱਡਣ ਦਾ ਸਿੱਧਮ ਸਿੱਧਾ ਅਸਰ ਹੋ ਰਿਹਾ ਹੈ ਪੰਜਾਬ ਸੂਬੇ ਤੇ ਹੁਣੇ-ਹੁਣੇ ਹਿਮਾਚਲ ਦੇ ਬੱਦੀ ਦੇ ਵਿੱਚ ਟੁੱਟਿਆ ਬ੍ਰਿਜ ਤੁਸੀਂ ਮੈਂ ਕਿ ਤੁਸਾਰੇ ਜਾਣਦੇ ਹੀ ਹੋ ਕਿ ਹਿਮਾਚਲ ਦੇ ਵਿੱਚ ਭਾਰੀ ਮੀਂਹ ਜਿੱਥੇ ਪੈ ਰਿਹਾ ਉੱਥੇ ਹੀ ਪੰਜਾਬ ਦੇ ਵਿੱਚ ਵੀ ਮੀਂਹ ਰੁਕਣ ਦਾ ਨਾ ਨਹੀਂ ਲੈ ਰਿਹਾ ਤੇ ਜਿੰਨੇ ਵੀ ਡੈਮ ਨੇ ਹਿਮਾਚਲ ਦੇ ਪੋਂਗ ਡੈਮ ਦੀ ਗੱਲ ਕਰੀਏ ਪਾਖੜਾ ਡੈਮ ਦੀ ਗੱਲ ਕਰੀਏ ਤੇ ਜਿਹੜੇ ਪਾਣੀ ਛੱਡਿਆ ਗਿਆ ਉਹਦਾ ਸਿੱਧਮ ਸਿੱਧਾ ਅਸਰ ਹੈ ਜਿਹੜਾ ਹਿਮਾਚਲ ਦੇ ਵਿੱਚ ਵੀ ਵੇਖਣ ਨੂੰ ਮਿਲ ਰਿਹਾ ਤਾਂ ਇਸ ਜਿਹੜਾ ਰੈਡ ਅਲਰਟ ਜਾਰੀ ਕਰ ਦਿੱਤਾ ਗਿਆ ਤੇ ਪੰਜਾਬ ਦੇ ਵਿੱਚ ਇਹਦਾ ਸਿੱਧਮ ਸਿੱਧਾ ਅਸਰ ਵੇਖਣ ਨੂੰ ਮਿਲ ਰਿਹਾ ਜਿੰਨੇ ਵੀ ਸਤਲੁਜ ਦੇ ਨਾਲ ਲੱਗਦੇ ਇਲਾਕੇ ਨੇ ਬਿਆਸ ਦੇ ਨਾਲ ਲੱਗਦੇ ਇਲਾਕੇ ਨੇ ਉੱਥੇ ਲੋਕਾਂ ਦਾ ਕਿਸ ਤਰੀਕੇ ਦਾ ਰੈਸਕਿਊ ਕੀਤਾ ਜਾ ਰਿਹਾ ਸੀ ਤਸਵੀਰਾਂ ਬੀਤੇ ਦਿਨੀ ਤੁਹਾਡੇ ਸਾਹਮਣੇ ਆਈਆਂ ਸੀ ਪਰ ਇਸ ਵਕਤ ਹਿਮਾਚਲ ਦੇ ਵਿੱਚ ਭਾਰੀ ਤਬਾਹੀ ਮੱਚੀ ਹੋਈ ਹੈ ਮੀਂਹ ਦੇ ਕਾਰਨ ਜਲ ਥਲ ਹੋਇਆ ਪਿਆ ਸਾਰਾ ਕੁਝ ਚਾਹੇ ਫਿਰ ਸਕੂਲਾਂ ਦੀ ਬਿਲਡਿੰਗ ਦੀ ਗੱਲ ਹੋਵੇ ਚਾਹੇ ਘਰਾਂ ਦੀ ਗੱਲ ਹੋਵੇ ਚਾਹੇ ਫਿਰ ਕਿਸੇ ਵੀ ਇਮਾਰਤ ਦੀ ਗੱਲ ਹੋਵੇ ਇਸ ਵਕਤ ਸਾਰਾ ਹੀ ਜਲਥਲ ਹੋ ਚੁੱਕਿਆ ਤੇ ਹੁਣੇ-ਹੁਣੇ ਜਿਹੜਾ ਹਿਮਾਚਲ ਦਾ ਬੱਦੀ ਦਾ ਬ੍ਰਿਜ ਹੈ ਉਸ ਦੇ ਟੁੱਟਣ ਦੀਆਂ ਜਿਹੜੀਆਂ ਤਸਵੀਰਾਂ ਨੇ ਉਹ ਸਾਹਮਣੇ ਆਈਆਂ ਨੇ ਜਿਸ ਦੇ ਨਾਲ ਆਸ-ਪਾਸੇ ਲੱਗਦੇ ਇਲਾਕਿਆਂ ਦੇ ਵਿੱਚ ਭਾਰੀ ਤਬਾਹੀ ਸਕਦੀ ਹੈ ਤੁਸੀਂ ਬ੍ਰਿਜ ਤੇ ਦੇਖ ਸਕਦੇ ਹੋ ਕਿ ਇਸ ਤਰੀਕੇ ਦੇ ਨਾਲ ਤਰੇੜਾ ਆਈਆਂ ਹੋਈਆਂ ਤੇ ਜਦੋਂ ਪਿਛਲੀ ਵਾਰ ਵੀ ਇਹ ਅਜਿਹਾ ਪਾਣੀ ਨੇ ਕਹਿਰ ਮਚਾਇਆ ਸੀ ਇਹ ਪੁਲ ਟੁੱਟਿਆ ਸੀ ਤਾਂ ਉਹ ਤਸਵੀਰਾਂ ਵੀ ਤੁਹਾਡੇ ਨਾਲ ਸ਼ੇਅਰ ਕਰ ਰਹੇ ਹਾਂ ਤੇ ਇਸ ਵਾਰ ਵੀ ਜੇਕਰ ਪ੍ਰਸ਼ਾਸਨ ਦਾ ਬਣਾਇਆ ਇਹ ਬ੍ਰਿਜ ਦੁਆਰਾ ਤੋਂ ਟੁੱਟ ਜਾਂਦਾ ਤੇ ਹਿਮਾਚਲ ਦੇ ਵਿੱਚ ਹੋਰ ਵੀ ਜ਼ਿਆਦਾ ਤਬਾਹੀ ਦੇ ਵਿੱਚ ਵਾਦਾ ਹੋ ਸਕਦਾ ਹੈ ਜੋ ਕਿ ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਚੱਲ ਰਹੀ ਹੈ ਸੋ ਪ੍ਰਸ਼ਾਸਨ ਲਗਾਤਾਰ ਕਹਿ ਰਿਹਾ ਕਿ ਜਿਹੜੇ ਨਾਲ ਲੱਗਦੇ ਇਲਾਕੇ ਨੇ دریاਵਾਂ ਦੇ ਉੱਥੇ ਨਾ ਜਾਇਆ ਜਾਵੇ ਤੇ ਤੁਸੀਂ ਹੈਲੀਕਾਪਟਰਸ ਹਿੰ ਵੀ ਦੇਖ ਸਕਦੇ ਹੋ ਕਿ ਲੋਕਾਂ ਦਾ ਕਿਸ ਤਰੀਕੇ ਦੇ ਨਾਲ ਰੈਸਕਿਊ ਕੀਤਾ ਜਾ ਰਿਹਾ ਸੋ ਲਗਾਤਾਰ ਜਿਹੜਾ ਮੀ ਹੈ ਆਪਣਾ ਪ੍ਰਕੋਪ ਦਿਖਾ ਰਿਹਾ ਇਸ ਵਾਰ ਜਿਹੜਾ ਮੌਨਸੂਨ ਹੈ ਉਸ ਤੋਂ ਨਾ ਹੀ ਜਿਹੜੀ ਹੈ ਅੱਗੇ ਕਹਿੰਦੇ ਸੀ ਗਰਮੀ ਤੋਂ ਰਾਹਤ ਮਿਲਦੀ ਹੈ ਮੌਨਸੂਨ ਦੇ ਨਾਲ ਪਰ ਇਸ ਵਾਰ ਰਾਹਤ ਨਹੀਂ ਬਲਕਿ ਆਫਤ ਮਿਲ ਰਹੀ ਹੈ ਚਾਹੇ ਪਹਾੜੀ ਇਲਾਕਿਆਂ ਦੀ ਗੱਲ ਹੋਵੇ ਚਾਹੇ ਮੈਦਾਨੀ ਇਲਾਕਿਆਂ ਦੀ ਗੱਲ ਹੋਵੇ ਸੋ ਆਫਤ ਦੀਆਂ ਤਸਵੀਰਾਂ ਹਿਮਾਚਲ ਦੇ ਵਿੱਚ ਵੀ ਤੁਹਾਡੇ ਸਾਹਮਣੇ ਨੇ ਲੋਕਾਂ ਨੂੰ ਕਿਸ ਤਰੀਕੇ ਨਾਲ ਬਚਾਇਆ ਜਾ ਰਿਹਾ ਤੇ ਪੰਜਾਬ ਦੇ ਵਿੱਚ ਵੀ ਦਰਿਆਵਾਂ ਦੇ ਨਾਲ ਲੱਗਦੇ ਇਲਾਕੇ ਪੂਰੀ ਤਰ੍ਹਾਂ ਨਾਲ ਪ੍ਰਭਾਵਿਤ ਨੇ ਪ੍ਰਸ਼ਾਸਨ ਲਗਾਤਾਰ ਅਪੀਲ ਕਰ ਰਿ ਨੇ ਜਿਹੜੇ ਦਰਿਆਵਾਂ ਦੇ ਨਾਲ ਲੱਗਦੇ ਨੇ ਉੱਥੇ ਨਾ ਜਾਇਆ ਜਾਵੇ